ਸਤਿ ਸ਼੍ਰੀ ਅਕਾਲ ਜੀ ਮੈਂ ਹਰਪਿੰਦਰ ਜਤਵਿੰਦਰ ਗਰੇਵਾਲ ਦੇ ਨਾਲ ਪਹੁੰਚੇ ਜੀ ਅੱਜ ਰਾਜਪੁਰੇ ਝੁੱਗੀਆਂ ਦੇ ਵਿੱਚ ਇਸ ਸਲਮ ਏਰੀਆ ਦੇ ਵਿੱਚ ਅਸੀਂ ਲੜਕੀਆਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਔਰਤਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਇਹਨਾਂ ਨੂੰ ਪੈਡਸ ਦੇ ਬਾਰੇ ਪੁੱਛਿਆ ਕਿ ਤੁਸੀਂ ਪੈਡ ਇਸਤੇਮਾਲ ਕਰਦੇ ਹੋ ਕੁਝ ਕਿਨੇ ਦੱਸਿਆ ਕਿ ਹਾਂ ਅਸੀਂ ਇਸਤੇਮਾਲ ਕਰਦੇ ਹਾਂ ਅਤੇ ਕੁਝ ਕਿਨੇ ਕਿਹਾ ਕਿ ਵੀ ਨਹੀਂ ਅਸੀਂ ਇਸਤੇਮਾਲ ਨਹੀਂ ਕਰਦੇ ਚਾਹੇ ਇਹ ਲੇਡੀਜ਼ ਨੇ ਜਿਹੜੀਆਂ ਝੁੱਗੀਆਂ ਦੇ ਵਿੱਚ ਰਹਿੰਦੀਆਂ ਨੇ ਫਿਰ ਵੀ ਕਿਤੇ ਨਾ ਕਿਤੇ ਅਵੇਅਰ ਜ਼ਰੂਰ ਨੇ ਸਾਡਾ ਮਕਸਦ ਸਟ੍ਰਿੰਗ ਨਿਊਜ਼ ਆ ਇਹੀ ਇੱਥੇ ਪਹੁੰਚਣ ਦਾ ਕਿ ਵੱਧ ਤੋਂ ਵੱਧ ਲੇਡੀਜ਼ ਨੂੰ ਮਹਾਵਾਰੀ ਬਾਰੇ ਪੀਰੀਅਡਸ ਬਾਰੇ ਔਰ ਸੈਨੇਟਰੀ ਨੈਪਕਿਨ ਬਾਰੇ ਸਮਝਾਇਆ ਜਾਵੇ ਕਿ ਇਹ ਇਹਦੇ ਇਸਤੇਮਾਲ ਕਰਨ ਦੇ ਨਾਲ ਸਾਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਬਚਿਆ ਜਾ ਸਕਦਾ ਸੰਘਣੀ ਸਹੇਲੀ ਮੈਡਮ ਪ੍ਰੀਅਲ ਭਾਰਦਵਾਜ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਔਰ ਸਟ੍ਰਿੰਗ ਨਿਊਜ਼ ਦਾ ਜਿਹੜਾ ਪਟਿਆਲੇ ਦੇ ਵਿੱਚ ਹੈ ਉਹ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੋ ਸਾਡੀ ਇਹੀ ਉਮੀਦ ਹੈ ਪ੍ਰੀਅਲ ਭਾਰਦਵਾਜ ਮੈਡਮ ਨੇ 16 ਲੱਖ ਦੇ ਕਰੀਬ ਜਿਹੜੇ ਸੈਨੇਟਰੀ ਨੈਪਕਿਨ ਨੇ ਉਹ ਵੱਖ ਵੱਖ ਸਟੇਟਸ ਦੇ ਵਿੱਚ ਔਰ ਵੱਖ ਵੱਖ ਸਿਟੀਜ਼ ਦੇ ਵਿੱਚ ਸਲਮ ਏਰੀਆਜ਼ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਨੇ ਉੱਥੇ ਹੀ ਇੱਕ ਛੋਟਾ ਜਿਹਾ ਉਪਰਾਲਾ ਪੰਜਾਬ ਦੇ ਪਟਿਆਲੇ ਦੇ ਵਿੱਚ ਔਰ ਪਟਿਆਲੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਸਾਡੇ ਵਿੱਚ ਇੰਸਪੈਕਟਰ ਤੇਜਿੰਦਰ ਸਿੰਘ ਪਹੁੰਚੇ ਨੇ ਸਿਟੀ ਰਾਜਪੁਰਾ ਦੇ ਜੋ ਇੰਸਪੈਕਟਰ ਨੇ ਔਰ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਇਸ ਸਲਮ ਏਰੀਆ ਦੇ ਵਿੱਚ ਸੈਨੇਟਰੀ ਨੈਪਕਿਨ ਨੂੰ ਵੰਡਣ ਦੇ ਵਿੱਚ ਔਰ ਲੋਕਾਂ ਨੂੰ ਸਮਝਾਉਣ ਦੇ ਲਈ ਸੰਘਣੀ ਸਹੇਲੀ ਦੀ ਟੀਮ ਪਹੁੰਚੀ ਹੈ ਰਾਜਪੁਰਾ ਦੇ ਦੂਜੇ ਡੋਰ ਟੂ ਡੋਰ ਕਰਨ ਦੇ ਲਈ ਔਰ ਇੱਥੇ ਜਿਹੜੀਆਂ ਤੁਸੀਂ ਪਿੱਛੇ ਸਲਮ ਏਰੀਆ ਦੇਖ ਰਹੇ ਹੋ ਝੁੱਗੀਆਂ ਦੇਖ ਰਹੇ ਹੋ ਇੱਥੇ ਇਹਨਾਂ ਔਰਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਔਰ ਇਹਨਾਂ ਨੂੰ ਪੈਡ ਵੀ ਡਿਸਟ੍ਰੀਬਿਊਟ ਕਰਾਂਗੇ ਸਾਡੀ ਸੰਘਣੀ ਸਹੇਲੀ ਦੀ ਇਹੀ ਮੁਹਿੰਮ ਹੈ ਕਿ ਇਹਨਾਂ ਔਰਤਾਂ ਨੂੰ ਵੱਧ ਤੋਂ ਵੱਧ ਮਾਹਵਾਰੀ ਬਾਰੇ ਔਰ ਪੈਡਸ ਬਾਰੇ ਅਵੇਅਰ ਕੀਤਾ ਜਾਵੇ ਸੰਘਣੀ ਸਹੇਲੀ ਸਟ੍ਰਿੰਗ ਨਿਊਜ਼ ਦੇ ਨਾਲ ਮਿਲ ਕੇ ਇੱਕ ਡੋਰ ਟੂ ਡੋਰ ਕੰਪੇਨ ਜਿਹੜੀ ਹੈ ਵੀ ਇਸ ਬਰਸਾਤ ਦੇ ਮੌਸਮ 'ਚ ਜਦੋਂ ਕਾਫੀ ਜ਼ਿੰਦਗੀ 'ਚ ਠਹਿਰਾਵ ਆ ਗਿਆ ਖੜ ਗਈ ਹੈ ਜ਼ਿੰਦਗੀ ਪਰ ਕੋਸ਼ਿਸ਼ ਹੈ ਸੰਘਣੀ ਸਹੇਲੀ ਦੀ ਔਰ ਸਟ੍ਰਿੰਗ ਨਿਊਜ਼ ਦੀ ਵੀ ਹਰ ਔਰਤ ਜਿਹੜੀ ਚਾਹੇ ਝੁੱਗੀਆਂ 'ਚ ਰਹਿ ਰਹੀ ਹੈ ਚਾਹੇ ਕਿਤੇ ਵੀ ਰਹਿ ਰਹੀ ਹੈ ਉਹਨੂੰ ਉਹਦੀ ਪਰਸਨਲ ਹਾਈਜੀਨ ਬਾਰੇ ਜਾਗਰੂਕ ਕੀਤਾ ਜਾਵੇ ਔਰ ਨਾਲ ਹੀ ਜਿਹੜੀ ਪੈਡ ਜਿਹੜੇ ਮੁਹੱਈਆ ਕਰਾਏ ਜਾ ਰਹੇ ਨੇ ਟੀਮ ਸਟ੍ਰਿੰਗਸ ਵੱਲੋਂ ਝੁੱਗੀਆਂ ਝੌਂਪੜੀਆਂ 'ਚ ਬੱਚਿਆਂ ਨੂੰ ਜਿਹੜੇ ਆ ਉਹ ਬਿਸਕੁਟ ਅਤੇ ਹੋਰ ਜਿਹੜੀਆਂ ਸਵੀਟਸ ਨੇ ਉਹ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਸੰਘਣੀ ਸਹੇਲੀ ਸਾਰੇ ਭਾਰਤ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਉਸਨੇ ਵੀ ਸਾਰੀਆਂ ਸਲਮਸ ਅਤੇ ਪਿੰਡਾਂ ਦੀਆਂ ਔਰਤਾਂ ਜਿਹੜੀਆਂ ਇਸ ਤੋਂ ਜਾਣੂ ਨਹੀਂ ਆ ਉਹਨਾਂ ਨੂੰ ਜਿਹੜੇ ਆ ਸੈਨਟਰੀ ਨੈਪਕਿਨ ਪ੍ਰੋਵਾਈਡ ਕਰਾਏ ਜਾਂਦੇ ਨੇ ਅਤੇ ਪਟਿਆਲੇ ਦੇ ਵਿੱਚ ਰੁਪਿੰਦਰ ਕੌਰ ਮੈਡਮ ਅਤੇ ਨਾਲ ਸਟ੍ਰਿੰਗਸ ਨਿਊਜ਼ ਦੀ ਟੀਮ ਜਿਹੜੀ ਆ ਉਹ ਹਰ ਝੁੱਗੀ ਝੌਂਪੜੀ ਬਸਤੀ ਦੇ ਵਿੱਚ ਜਾ ਕੇ ਜਿਹੜੀ ਪੈਡ ਮੁਹੱਈਆ ਕਰਾਉਂਦੀ ਹੈ ਜੇ ਅਸੀਂ ਗੱਲ ਕਰਦੇ ਹਾਂ ਰਹਿਣ ਸਹਿਣ ਦੀ ਤਾਂ ਉਹ ਲੋਕ ਨੇ ਜਿਹੜੇ ਬੜੇ ਮਿਹਨਤੀ ਨੇ ਬੜੇ ਮਿਹਨਤ ਨਾਲ ਸਾਰੇ ਸ਼ਹਿਰ ਨੂੰ ਸਾਫ਼ ਰੱਖਦੇ ਨੇ ਪਰ ਆਪਣੀ ਜ਼ਿੰਦਗੀ ਜਿਹੜੀ ਆ ਬੜੀ ਮੁਸ਼ਕਲ 'ਚ ਜਿਉਂਦੇ ਨੇ ਸੋ ਇਹਨਾਂ ਨੂੰ ਜਿੱਥੇ ਟੀਮ ਪੈਡ ਮੁਹੱਈਆ ਕਰਾ ਰਹੀ ਹੈ ਉੱਥੇ ਨਾਲ ਇਹਨਾਂ ਨੂੰ ਮਿਠਾਈਆਂ ਅਤੇ ਬਿਸਕੁਟ ਵੀ ਮੁਹੱਈਆ ਕਰਾਏ ਜਾ ਰਹੇ ਨੇ
ਆਰਗੇਨਾਈਜ਼ ਨੇ ਇਹ ਕੰਮ ਕੀਤਾ ਬੜਾ ਸਰਾਗਾ ਜੋ ਕਦਮ ਆ ਮੈਂ ਇਸ ਆਰਗੇਨਾਈਜ਼ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਜੋ ਵੀ ਇਹ ਗਰੀਬਾਂ ਦੀ ਇਸ ਪ੍ਰਤੀ ਜਾਗਰਤਾ ਵਧਾ ਰਹੇ ਆ ਵੀ ਜਿਹੜਾ ਵੀ ਔਰਤਾਂ ਦੇ ਵਿੱਚ ਸਮੱਸਿਆ ਪੈਦਾ ਹੁੰਦੀਆਂ ਉਸ ਨੂੰ ਦੂਰ ਕਰਨ ਦੇ ਲਈ ਆ ਜਿਹੜੀ ਤੁਹਾਡੀ ਆਰਗੇਨਾਈਜ਼ ਨੇ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਵਧੀਆ ਉਪਰਾਲਾ ਆ ਅਸੀਂ ਇਸ ਨੂੰ ਐਪਰੀਸ਼ੀਏਟਿੰਗ ਕਰਦੇ ਹਾਂ।